ਲੰਮੇ ਸਮੇਂ ਤੋਂ ਪੰਜਾਬ ਦੀਆਂ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਰਿਹਾਈ ਅਤੇ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਅੱਜ ਸਿੱਖ ਸੰਗਠਨ ਦੁਆਰਾ ਅੰਮ੍ਰਿਤਸਰ ਜੇਲ੍ਹ ਦੇ ਬਾਹਰ ਸਰਕਾਰ ਦੇ ਖਿਲਾਫ ਰੋਸ ਮਾਰਚ ਕੀਤਾ ਗਿਆ। ਇਸ ਰੋਸ ਮਾਰਚ ਵਿੱਚ ਸਰਬੱਤ ਖਾਲਸਾ ਦੇ ਥਾਪੇ ਗਏ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੁਆਰਾ ਬਣਾਈ ਗਈ 5 ਮੈਂਬਰੀ ਕਮੇਟੀ ਦੇ ਮੈਂਬਰ ਪਹੁੰਚੇ। ਇਸ ਮੌਕੇ ਸਿੱਖ ਸੰਗਠਨ ਦਾ ਕਹਿਣਾ ਹੈ ਕਿ ਬਰਗਾੜੀ ਕਾਂਡ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਅਤੇ ਦੇਸ਼ ਦੀਆਂ ਅਲੱਗ ਅਲੱਗ ਜੇਲ੍ਹਾਂ ਵਿੱਚ ਨਜ਼ਰਬੰਦ ਸਿੱਖਾਂ ਦੀ ਰਿਹਾਈ ਲਈ ਰੋਸ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਇਹ ਰੋਸ ਮਾਰਚ ਪਟਿਆਲਾ ਸਹਿਤ ਬਾਕੀ ਜ਼ਿਲ੍ਹਿਆਂ ਵਿੱਚ ਵੀ ਕੀਤਾ ਜਾਵੇਗਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਬੱਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਜੀ ਹਵਾਰਾ ਵੱਲੋਂ ਗਠਿਤ ਕੀਤੀ ਗਈ 5 ਮੈਂਬਰੀ ਕਮੇਟੀ ਵੱਲੋਂ ਅੱਜ ਅੰਮ੍ਰਿਤਸਰ ਦੀ ਫਤਿਹਪੁਰ ਜੇਲ੍ਹ ਦੇ ਬਾਹਰ ਸਵੇਰ ਤੋਂ ਸ਼ਾਮ ਤੱਕ 4 ਵਜੇ ਤੱਕ ਧਰਨਾ ਲਗਾਇਆ ਜਾ ਰਿਹਾ ਆ ਤਾਂ ਜੋ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਦੇ ਵਿੱਚ ਜੋ ਦਹਾਕਿਆਂ ਤੋਂ ਸਿੰਘ ਨਜ਼ਰਬੰਦ ਆ ਉਹਨਾਂ ਰਾਜਸੀ ਸਿੱਖ ਕੈਦੀਆਂ ਦੀ ਰਿਹਾਈ ਲਈ ਆਵਾਜ਼ ਬੁਲੰਦ ਕੀਤੀ ਜਾਵੇ, ਉਹਨਾਂ ਦੇ ਵਾਸਤੇ ਅਸੀਂ ਹਮਦਰਦੀ ਪ੍ਰਗਟਾਉਣ ਲਈ ਇੱਥੇ ਬੈਠਣ ਲੱਗੇ ਹਾਂ ਤਾਂ ਜੋ ਉਹਨਾਂ ਦੀ ਜਿਹੜੀਆਂ ਰਿਹਾਈਆਂ ਉਹਨਾਂ ਦੇ ਆਵਾਜ਼ ਜਿਹੜੀ ਬੁਲੰਦ ਹੋ ਸਕੇ ਅਤੇ ਅਸੀਂ ਉਹਨਾਂ ਸਿੰਘਾਂ ਨੂੰ ਦੱਸ ਸਕੀਏ ਕਿ ਪੂਰੀ ਸਿੱਖ ਕੌਮ ਸਾਡੇ ਨਾਲ ਖੜੀ ਹੈ। ਅੱਜ ਅੰਮ੍ਰਿਤਸਰ ਦੀਆਂ ਅਤੇ ਪੂਰੇ ਪੰਜਾਬ ਦੀਆਂ ਵੱਖ ਵੱਖ ਪੰਥਕ ਜਥੇਬੰਦੀਆਂ, ਗਤਕਾ ਅਖਾੜਾ ਦੇ ਸਿੰਘ ਅਤੇ ਹੋਰ ਸਿੱਖ ਸੰਸਥਾਵਾਂ ਦੇ ਜਿਹੜੇ ਆਗੂ ਆ ਉਹ ਇੱਥੇ ਸਾਡੇ ਨਾਲ ਆਏ ਹੋਏ ਆ ਅਤੇ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਦੇ ਵਿੱਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ, ਭਾਈ ਗੁਰਦੀਪ ਸਿੰਘ ਖੈੜਾ ਅਤੇ ਹੋਰ ਵੀ ਕਾਫੀ ਸਾਰੇ ਸਿੱਖ ਨੌਜਵਾਨ ਜਿਹੜੇ ਰਿਫਰੈਂਡਮ ਦੇ 2020 ਦੇ ਕੇਸਾਂ ਦੇ ਵਿੱਚ ਫਸਾਏ ਹੋਏ ਆ, ਅਸੀਂ ਉਹਨਾਂ ਸਾਰਿਆਂ ਦੀ ਰਿਹਾਈ ਦੇ ਵਾਸਤੇ ਅੱਜ ਆਵਾਜ਼ ਬੁਲੰਦ ਕਰਨ ਵਾਸਤੇ ਇੱਥੋਂ ਸ਼ਾਮ ਤੱਕ ਧਰਨਾ ਦੇਵਾਂਗੇ। ਇਸ ਤੋਂ ਇਲਾਵਾ ਜਿਹੜੀਆਂ ਹੋਰ ਵੀ 4 ਜੇਲ੍ਹਾਂ ਆ ਜਿਵੇਂ ਕਿ ਤਿਹਾੜ ਜੇਲ੍ਹ ਜਾਂ ਨਾਭਾ ਜੇਲ੍ਹ, ਇੱਕ ਹਫ਼ਤੇ ਬਾਅਦ ਜਾਂ 10 ਦਿਨਾਂ ਬਾਅਦ ਜੋ ਵੀ ਵਿਚਾਰ ਹੋਵੇਗੀ ਫਿਰ ਉਹਨਾਂ ਜੇਲ੍ਹਾਂ ਦੇ ਅੱਗੇ ਵੀ ਇੱਕ ਇੱਕ ਦਿਨਾਂ ਵਾਸਤੇ ਧਰਨਾ ਦਿੱਤਾ ਜਾਵੇਗਾ ਅਤੇ ਹੋਰ ਵੀ ਜੋ ਬਰਗਾੜੀ ਵਾਲੀਆਂ ਜਿਹੜੀਆਂ ਮੰਗਾਂ ਸਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀਆਂ ਜੋ ਬੇਅਦਬੀਆਂ ਹੋਈਆਂ ਉਹਨਾਂ ਦੇ ਦੋਸ਼ੀਆਂ ਨੂੰ ਲੱਭਿਆ ਜਾਵੇ ਅਤੇ ਜਿਨ੍ਹਾਂ ਨੇ ਪੁਲਿਸ ਅਫਸਰਾਂ ਨੇ ਉੱਥੇ ਬਰਗਾੜੀ ਵਿੱਚ ਬਹਿਬਲ ਕਲਾਂ ਦੇ ਵਿੱਚ ਗੋਲੀ ਚਲਾ ਕੇ 2 ਸਿੰਘਾਂ ਨੂੰ ਸ਼ਹੀਦ ਕੀਤਾ ਉਹਨਾਂ ਸਾਰੇ ਪੁਲਿਸ ਅਫਸਰਾਂ ਦੀਆਂ ਗ੍ਰਿਫਤਾਰੀਆਂ ਹੋਣ ਕਿਉਂਕਿ ਹਜੇ ਤੱਕ ਸਿਰਫ 2 ਹੀ ਬੰਦਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਆ। ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਜਿਹੜੇ ਲੋਕ ਆ ਇਸ ਕੇਸ ਦੇ ਵਿੱਚ ਸ਼ਾਮਲ। ਇਸ ਤੋਂ ਇਲਾਵਾ ਤੀਜੀ ਮੰਗ ਸੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਜਿਹਦੇ ਵਾਸਤੇ ਅੱਜ ਸੰਘਰਸ਼ ਹੋ ਰਿਹਾ ਆ। ਮੇਰਾ ਨਾਮ ਰਣਜੀਤ ਸਿੰਘ, ਵਿਦਿਆਰਥੀ ਦਮਦਮੀ ਟਕਸਾਲ, ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਪਿੰਡਰਾਂਵਾਲਾ ਤੋਂ। ਵਾਹਿਗੁਰੂ ਜੀ ਕਾ ਖਾਲਸਾ। ਸਿੰਘ ਜੀ ਹਵਾਰਾ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਜਿਹੜੀ 5 ਮੈਂਬਰੀ ਕਮੇਟੀ ਗਠਿਤ ਕੀਤੀ ਗਈ ਹੈ ਮੈਂ ਉਹਦਾ ਮੈਂਬਰ ਹਾਂ ਅਤੇ ਅੱਜ 20 ਫਰਵਰੀ ਵਾਲੇ ਦਿਨ ਅੰਮ੍ਰਿਤਸਰ ਦੀ ਜੇਲ੍ਹ ਦੇ ਬਾਹਰ ਅੱਜ ਇੱਕ ਸ਼ਾਂਤਮਈ ਰੋਸ ਧਰਨਾ ਦਿੱਤਾ ਜਾ ਰਿਹਾ ਹੈ। ਅਸੀਂ ਪੰਜਾਬ ਸਰਕਾਰ ਨੂੰ 15 ਫਰਵਰੀ ਤੱਕ ਦਾ ਇੱਕ ਅਲਟੀਮੇਟਮ ਦਿੱਤਾ ਸੀਗਾ ਕਿ ਜਿਹੜੀਆਂ ਸਾਡੀਆਂ ਬਰਗਾੜੀ ਦੀਆਂ ਜਾਇਜ਼ ਮੰਗਾਂ ਨੇ ਜਿਨ੍ਹਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਅਦਬੀ ਕਰਨ ਵਾਲੇ ਦੋਸ਼ੀ ਬਹਿਬਲ ਕਲਾ ਕਾਂਡ ਦੇ ਜਿਹੜੇ ਪੁਲਿਸ ਅਫਸਰ ਦੋਸ਼ੀ ਨੇ ਜਿਨ੍ਹਾਂ ਵਿੱਚ DGP ਸੁਮੇਧ ਸਿੰਘ ਸੈਣੀ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਸ਼ਾਮਿਲ ਹਨ, ਇਹਨਾਂ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਅਤੇ ਜਿਹੜੇ ਸਾਡੇ ਦਹਾਕਿਆਂ ਤੋਂ ਸਾਡੇ ਨੌਜਵਾਨ ਬੰਦੀ ਸਿੰਘ ਜੇਲ੍ਹਾਂ ਦੇ ਵਿੱਚ ਡੱਕੇ ਨੇ, ਵਿਸ਼ੇਸ਼ ਤੌਰ 'ਤੇ ਉਹ ਜਿਹਨਾਂ ਨੇ ਕਿ ਆਪਣੀ ਸਜ਼ਾਵਾਂ ਪੂਰੀਆਂ ਕਰ ਲਈਆਂ ਨੇ, ਅਜੇ ਤੱਕ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਗਿਆ, ਉਹਨਾਂ ਦੀ ਰਿਹਾਈ ਨਹੀਂ ਹੋਈ ਅਤੇ ਨਾਲ ਦੇ ਨਾਲ ਨਕੋਦਰ ਬੰਬ ਕਾਂਡ ਦੇ ਵਿੱਚ ਜਿਹੜੇ 4 ਸਿੰਘ ਸ਼ਹੀਦ ਹੋ ਗਏ ਸੀਗੇ ਉਹਨਾਂ ਨੂੰ ਇਨਸਾਫ ਦਿਵਾਉਣ ਵਾਸਤੇ ਮੌਰ ਬੰਬ ਕਾਂਡ ਦੇ ਇਨਸਾਫ ਲੈਣ ਲਈ ਅਤੇ ਹੁਣੇ ਨਵਾਂ ਸ਼ਹਿਰ ਦੀ ਅਦਾਲਤ ਵੱਲੋਂ ਜਿਹੜੇ 3 ਸਿੰਘਾਂ ਨੂੰ ਉਮਰ ਕੈਦ ਦਿੱਤੀ ਹੈ ਉਹ ਸਾਰੀਆਂ ਗੱਲਾਂ ਦਾ ਰੋਸ ਪ੍ਰਗਟ ਕਰਨ ਵਾਸਤੇ ਅੱਜ ਇੱਥੇ ਸਾਰੀਆਂ ਸਿੱਖ ਜਥੇਬੰਦੀਆਂ, 5 ਮੈਂਬਰੀ ਕਮੇਟੀ ਅਤੇ ਇਲਾਕਾ ਨਿਵਾਸੀ ਪਿੰਡਾਂ ਤੋਂ ਸਾਰੇ ਲੋਕ ਇਕੱਠੇ ਹੋਏ ਨੇ। ਅਸੀਂ ਇੱਥੇ ਇੱਕ ਰੋਸ ਪ੍ਰਦਰਸ਼ਨ ਕਰ ਰਹੇ ਹਾਂ, ਅਸੀਂ ਆਪਣੇ ਰੋਸ ਪ੍ਰਦਰਸ਼ਨ ਦੇ ਰਾਹੀਂ ਅੰਤਰਰਾਸ਼ਟਰੀ ਤੌਰ 'ਤੇ ਆਪਣੀ ਆਵਾਜ਼ ਬੁਲੰਦ ਕਰ ਰਹੇ ਹਾਂ, ਪੰਜਾਬ ਸਰਕਾਰ ਤੱਕ ਆਵਾਜ਼ ਬੁਲੰਦ ਕਰ ਰਹੇ ਹਾਂ, ਕੇਂਦਰ ਸਰਕਾਰ ਤੱਕ ਆਵਾਜ਼ ਬੁਲੰਦ ਕਰ ਰਹੇ ਹਾਂ ਕਿ ਸਾਡੀਆਂ ਜਿਹੜੀਆਂ ਜਾਇਜ਼ ਮੰਗਾਂ ਨੇ ਉਹ ਤੁਰੰਤ ਪੂਰੀਆਂ ਕੀਤੀਆਂ ਜਾਣ ਅਤੇ ਜਿਹਦੇ ਨਾਲ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਬੰਦੀ ਸਿੰਘ ਨੇ ਉਹ ਆਪਣੇ ਘਰਾਂ ਵਿੱਚ ਆ ਕਰਕੇ ਆਪਣਾ ਜੀਵਨ ਜਿਹੜਾ ਹੈ ਸੁਖਮਈ ਅਤੇ ਆਨੰਦਮਈ ਤਰੀਕੇ ਨਾਲ ਬਤੀਤ ਕਰ ਸਕਣ। ਅੱਜ ਦਾ ਇਹ ਧਰਨਾ ਸ਼ਾਂਤਮਈ ਹੈ, ਰੋਸਮਈ ਧਰਨਾ ਜਿਹੜਾ ਹੈ ਸ਼ਾਂਤਮਈ ਹੈ ਅਤੇ ਇਹਦੇ ਬਾਅਦ
असी पटियाले की जेल, नाभे की जेल, बुड़ैल जेल उत्थे भी जा करके शांतमई रोस धरने देंगे, जिदे नाल कि साड़ियां मंगां जिहड़ियां ने पूरियां हो सकन। धरना शांतमई चलेगा, सानू अकाल पुरख ते पूर्ण भरोसा है कि साडे इस शांतमई धरने की विच शक्ति जिहड़ी है, ताकत जिहड़ी है, ये सरकार दे नू मजबूर कर देगी साड़ियां मंगां पूरियां करन लई। प्रोफेसर बलजिंदर सिंह, मैं पांच मैंबरी कमेटी जो भाई जगतार सिंह जी हवारा ने स्थापित की है, मैं उसका मैंबर हाँ। तो अज का जोड़ा धरना है, ये धरना अमृतसर की फतेहपुर जेल के बाहर शांतमई धरना जोड़ा है, पंजाब दिया वक् वक् पंथक जथेबंदियां अते इलाका निवासियों के सहयोग के नाल बरगाड़ी दिया मंगा नू पूरी करन लई, अते नाल दे नाल जिहड़ी नकोदर कांड की साड़ी मंग हैगी है उसकी पूर्ति वास्ते, तो मौर बंब कांड का इंसाफ लैण वास्ते ये रोशमई धरना जिहड़ा है अज लाया गया है। सानू सारी संगत नू इस गल का बड़ा रोश है कि तीन नौजवान जिन्हां नू कि उम्र कैद दिती गई है नवांशहर की अदालत वालों, ये बिल्कुल कानून के खिलाफ एक दुरवरतों की गई है जो कि बिल्कुल गलत है। सानू इस गल का बड़ा रोश है क्योंकि वो नौजवान सिर्फ अपने को किताबा सगिया, सिख लिटरेचर सगा, शहीद सिंह दी फोटो सगिया, जिहदे दोष करके उन्होंने उम्र कैद की गई है। ये मैं महसूस करदा कि एक बेइंसाफी है।